ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਗੁਰਪੁਰਬ ਸਮੇਂ ਆਪਾਂ ਸਿੱਖ ਪੰਥ ਵਧਾਉਣ ਵਾਲੀ ਸੋਚ ਬਣਾਈਏ ਅਤੇ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆ ਕੇ ਜਿਹੜੀ ਸਿੱਖ ਦੀ ਅਸਲੀ ਪਰਿਭਾਸ਼ਾ ਹੈ ਉਹਨੂੰ ਅਪਣਾਈਏ। ਜਿਹੜੀ ਗੁਰਦੁਆਰਾ ਐਕਟ ਵਿੱਚ ਲਿਖੀ ਹੋਈ ਪਰਿਭਾਸ਼ਾ ਨੂੰ ਆਪਾਂ ਲਾਗੂ ਕਰ ਲਿਆ ਉਹਦੇ ਨਾਲ ਸਿੱਖ ਪੰਥ ਬਹੁਤ ਘੱਟ ਗਿਆ। ਇਸ ਕਰਕੇ ਆਪਾਂ ਅਸਲੀ ਪਰਿਭਾਸ਼ਾ ਨੂੰ ਲਾਗੂ ਕਰੀਏ ਅਤੇ ਸਿੱਖ ਪੰਥ ਨੂੰ ਵਧਾਉਣ ਵੱਲ ਨੂੰ ਤੁਰੀਏ। ਅਸਲੀ ਪਰਿਭਾਸ਼ਾ ਇਹ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਵੀ ਗੁਰੂ ਮੰਨਦਾ, ਜਿਹੜਾ ਉਹਨਾਂ 'ਤੇ ਸ਼ਰਧਾ ਰੱਖਦਾ, ਉਹ ਹਰੇਕ ਹੀ ਸਿੱਖ ਹੈ। ਸਿਰਫ ਮਨੁੱਖ ਨਹੀਂ, ਹਰ ਪ੍ਰਾਣੀ ਵੀ ਸਿੱਖ ਹੈ। ਜੇ ਸੱਪ ਨੇ ਛਾਂ ਕੀਤੀ ਸੀ ਉਹ ਵੀ ਸਿੱਖ ਸੀ, ਰਾਏ ਬੁਲਾਰ ਵੀ ਸਿੱਖ ਸੀ, ਮਾਤਾ ਤ੍ਰਿਪਤਾ ਵੀ ਸਿੱਖ ਸੀ। ਸੋ ਇਹ ਪਰਿਭਾਸ਼ਾ ਆਪਾਂ ਅਪਣਾਈਏ ਤਾਂ ਕਿ ਸਿੱਖ ਪੰਥ ਵੱਧ ਸਕੇ, ਪ੍ਰਫੁੱਲਿਤ ਹੋ ਸਕੇ।